लगातार पंजाब दे विच श्री गुरु ग्रंथ साहिब जी दीआं बेअदबी दीआं घटनावां वापर रहीआं ने जो कि इक चिंता दा विशा है कि आखिरकार किस दे वलों पंजाब च माहौल खराब करन दीआं कोशिशां कीतीआं जा रहीआं ने। हुण इक होर खबर होशियारपुर दे नेड़ले पिंड किला ब्रून तों सामने आ रही है जिथे इक धार्मिक डेरे ते बैठे व्यक्ति ते उसदी ही सक्की भैण ते भांजे दे वलों श्री गुरु ग्रंथ साहिब जी दी बेअदबी करन दे दोष लाए गए ने। पत्रकारां नूं जानकारी दिंदिआं दयाल कलोनी पिंड बजवाड़ा दी रहण वाली कमलजीत कौर ने दस्सिआ कि महावीर सिंह उसदा सका भरा है ते पहला उह पिंड ताजेवाल च रहि रिहा सी। हुण पिंड किला ब्रून विखे उसदे वलों डेरा पाया गया है। उसदे वलों दोष लगाए गए ने कि महावीर सिंह दे वलों धर्म दी आड़ हेठ श्री गुरु ग्रंथ साहिब जी दी बेअदबी कीती जा रही है। सीटर ते की कारवाई होई जी? ओह जी, कंप्लेंट जिहड़ी सी ओह इक ऑडियो आ मेरे बेटे ने पाई आ, बेटे सुखविंदर सिंह ने, उहदे कोल इह ऑडियो सीगी क्योंकि बार बार इदां दीआं घिनौनियां हरकतां करदा रहिंदा सी और इहदे कोल फिर उहदी रिकॉर्डिंग सीगी, इहने उह कंप्लेंट फिर फेसबुक ते पाती। की सी उहदे विच? ਉਹਦੇ ਵਿੱਚ ਇਹ ਸੀਗਾ ਕਿ ਇਹ ਮਤਲਬ ਕਿ ਇਹ ਕਹਿੰਦਾ ਵੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਆ। ਇਹ ਕਹਿੰਦਾ ਮੈਂ ਅਫੀਮ ਖਾ ਕੇ 3 ਖੰਡ ਪਾਠ ਵੀ ਕੀਤੇ, ਮੈਨੂੰ ਬੜਾ ਸਰੂਰ ਆਉਂਦਾ। ਔਰ ਦੂਸਰੀ ਗੱਲ ਕਿ ਇਹ ਕਹਿੰਦਾ ਕਿ ਅਸੀਂ ਹਰਿਦੁਆਰ 1 ਕਿਲੋ ਅਫੀਮ ਮਹਾਰਾਜ ਦੇ ਸਰੂਪ ਥੱਲੇ ਰੱਖ ਕੇ ਕੱਢ ਕੇ ਲਿਆਉਣ ਦੀ ਗੱਲ ਵੀ ਇਹਨੇ ਕਹੀ ਆ ਉਹਦੇ ਵਿੱਚ, ਆਡੀਓ ਦੇ ਵਿੱਚ। ਠੀਕ ਹੈ ਜੀ। ਇਹ ਕੌਣ ਆ ਅਤੇ ਕਿੱਥੇ ਬੈਠਾ, ਉਸ ਡੇਰੇ ਦਾ ਕੀ ਪਿਛੋਕੜ ਹੈ? ਇਹ ਫਿਲਹਾਲ ਪਹਿਲਾਂ ਇਹ ਤਾਜੇਵਾਲ ਰਹਿੰਦਾ ਸੀ ਅਤੇ ਹੁਣ ਇਹ ਕਿਲਾ ਬਰੂਨ ਪਿੰਡ ਦੇ ਵਿੱਚ ਰਹਿ ਰਿਹਾ ਆ ਗੁਰਦੁਆਰੇ। ਕੀ ਨਾਮ ਹੈ ਜੀ? ਕਿਹਦਾ ਜੀ? ਬਾਬੇ ਦਾ? ਮਹਾਂਵੀਰ ਸਿੰਘ। ਤੁਹਾਡੇ ਕੀ ਲੱਗਦੇ ਆ? ਮੇਰਾ ਸਕਾ ਭਰਾ ਲੱਗਦਾ ਜੀ। ਤੁਸੀਂ ਥਾਣੇ ਵੀ ਕੰਪਲੇਂਟ ਕੀਤੀ ਜੀ? ਮੈਂ ਥਾਣੇ 2 ਵਾਰੀ ਕੰਪਲੇਂਟ ਕੀਤੀ ਜੀ ਕਿਉਂਕਿ ਇਹਨੇ ਮੇਰੇ ਬੇਟੇ ਦੇ ਉੱਤੇ FIR ਕਰਵਾ ਦਿੱਤੀ ਸੀ। ਬੀਬੀ ਨਾਲ ਹੀ ਇਹਦੇ ਜਸਵੀਰ ਕੌਰ ਜੋ ਕਿ ਮੇਰੇ ਛੋਟੇ ਭਰਾ ਦੀ ਘਰ ਵਾਲੀ ਆ, ਉਹਨੂੰ ਇਹ ਕੱਢ ਕੇ ਲਗਿਆ ਆ। ਉਹਦੇ 'ਤੇ ਕੰਪਲੇਂਟ ਇਹਨੇ ਉਹਦੇ ਤੋਂ ਕੰਪਲੇਂਟ ਇਹਨੇ ਮੇਰੇ ਬੇਟੇ 'ਤੇ ਕਰਵਾਈ ਸੀ। ਠੀਕ ਹੈ, ਅਤੇ ਥਾਣੇ ਕੀ ਕਾਰਵਾਈ ਹੋਈ? ਥਾਣੇ ਕੋਈ ਕਾਰਵਾਈ ਨਹੀਂ ਸਾਡੀ ਹੋਈ। ਫਿਰ ਇਹ ਮੈਨੂੰ ਸੋਸ਼ਲ ਮੀਡੀਆ ਦੇ ਥਾਣੇ ਜਦੋਂ ਮੈਂ ਕੰਪਲੇਂਟ ਕੀਤੀ ਉਸ ਤੋਂ ਬਾਅਦ ਇਹਨੇ ਮੈਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਗਲਤ ਬੋਲਿਆ ਔਰ ਮੇਰੇ ਚਰਿੱਤਰ 'ਤੇ ਗੱਲਾਂ ਉਠਾਈਆਂ। ਮੈਂ ਉਹਦੀ ਵੀ ਕੰਪਲੇਂਟ ਕੀਤੀ ਕਿਉਂਕਿ ਮੇਰੀ ਜਾਨ ਨੂੰ ਇਹ ਖਤਰਾ, ਕਿਉਂਕਿ ਜਦ ਮੈਨੂੰ ਜੁੱਤੀਆਂ ਦਿਖਾ ਸਕਦੀ ਆ, ਮੈਨੂੰ ਡੰਡੇ ਦਿਖਾ ਸਕਦੀ ਆ ਅਤੇ ਕਿਸੇ ਟਾਈਮ ਉਹਦੇ ਹੱਥ 'ਚ ਅਸਲਾ ਹੋਵੇ ਤਾਂ ਉਹ ਵੀ ਮੇਰੇ 'ਤੇ ਚਲਾ ਸਕਦੀ ਆ। ਜਿਹੜੇ ਜੁੱਤੀਆਂ ਡੰਡੇ ਜੀ, ਇਹਦੀ ਕੰਪਲੇਂਟ ਕੀਤੀ ਜੀ ਤੁਸੀਂ? ਇਹ ਜੀ ਮੈਂ ਪਿੰਡ ਦੇ ਸਰਪੰਚ ਨੂੰ ਫੋਨ 'ਤੇ ਕੰਪਲੇਂਟ ਕੀਤੀ ਦੋਨੋਂ ਵਾਰੀ। ਇਹਦਾ ਕੋਈ ਫੈਸਲਾ ਹੋਇਆ ਜੀ? ਉਹਨੇ ਮੈਨੂੰ ਇੰਨੀ ਗੱਲ ਇਹ ਕਹੀ ਆ ਜੀ, ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਹਟ ਜਾਣਗੇ। ਜਿਹੜੀ ਤੁਸੀਂ ਅਕਾਲ ਤਖ਼ਤ ਕੰਪਲੇਂਟ ਕੀਤੀ ਸੀ ਉਹਦਾ ਕੀ ਬਣਿਆ, ਉਹਦੇ ਨੂੰ ਕੀ ਸਜ਼ਾ? ਉਹਦਾ ਜੀ ਜਹਿਦਾਰ ਹਰਪ੍ਰੀਤ ਸਿੰਘ ਜੀ ਦਾ ਧੰਨਵਾਦ। ਅਸੀਂ ਕੱਲ੍ਹ ਪਰਸੋਂ ਅਸੀਂ ਸਪੈਕਟਰਮ ਅਖਬਾਰ ਦੇ ਵਿੱਚ ਵੀ ਆਇਆ, ਉਹਦੇ ਵਿੱਚ ਅਸੀਂ ਜਹਿਦਾਰ ਜੀ ਦਾ ਧੰਨਵਾਦ ਕੀਤਾ, ਉਹਨਾਂ ਨੇ ਸਾਡੀ ਸੁਣਵਾਈ ਕੀਤੀ ਆ, ਉਹਨਾਂ ਨੇ ਇਹਨੂੰ ਧਾਰਮਿਕ ਸਜ਼ਾ ਲਾਈ ਆ। ਕੀ ਮੰਗ ਕਰਦੇ ਹੋ ਤੁਸੀਂ ਅੱਗੇ? ਅਸੀਂ ਇਹੀ ਮੰਗ ਕਰਦੇ ਹਾਂ ਜੀ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਹ ਜਾਣ ਤੋਂ ਮਾਣ ਦੀਆਂ ਧਮਕੀਆਂ ਦਿੰਦਾ ਆ ਅਤੇ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ। ਸਾਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਔਰ ਨਾ ਸਾਡੀ ਕਿਤੇ ਸੁਣਵਾਈ ਹੁੰਦੀ ਆ ਨਾ ਸਾਡੀ ਕਿਤੇ ਗੱਲ ਸੁਣੀ ਜਾਂਦੀ। ਉੱਥੇ ਹੁਣ ਬਾਬਾ ਮਹਾਂਵੀਰ ਸਿੰਘ ਦਾ ਇਸ ਮੁੱਦੇ ਤੇ ਕੀ ਕਹਿਣਾ ਹੈ, ਆਓ ਜਰਾ ਉਹਨਾਂ ਦਾ ਪੱਖ ਵੀ ਜਾਣ ਲਓ। ਅਕਾਲ ਤਖ਼ਤ ਸਾਹਿਬ ਨੇ ਕੇਸ ਧਰਮ ਪ੍ਰਚਾਰ ਕਮੇਟੀ ਨੂੰ ਦੇ ਦਿੱਤਾ ਔਰ ਧਰਮ ਪ੍ਰਚਾਰ ਕਮੇਟੀ ਨੇ ਬਕਾਇਦਾ ਇਨਕੁਆਇਰੀ ਕੀਤੀ ਇਸ ਗੱਲ ਦੀ। ਉਸ ਤੋਂ ਬਾਅਦ ਜੋ ਇਹ ਮਾਮਲਾ ਸੀ, ਕਿਉਂਕਿ ਬੜਾ ਮਾਮਲਾ ਨਹੀਂ ਸੀ, ਛੋਟੀ ਗੱਲ ਸੀ, ਉਹ ਘਰੇਲੂ ਮੈਟਰ ਸੀ ਅਤੇ ਸਿੰਘ ਸਾਹਿਬਾਨ ਵੱਲੋਂ ਕੋਈ ਇਹ 'ਚ ਹੁਕਮ ਨਹੀਂ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਜੋ ਚਿੱਠੀ ਆਈ ਸੀ ਉਹਦੇ ਮੁਤਾਬਕ ਮੈਂ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਇਆ ਔਰ ਪੰਜਾਂ ਪਿਆਰਿਆਂ ਨੇ ਜੋ ਇਹਨਾਂ ਨੇ ਦੋਸ਼ ਲਾਏ ਸੀ ਮੇਰੇ ਉੱਪਰ। ਇਹ ਪਰਮਜੀਤ ਸਿੰਘ ਕੋਈ ਬੈਰੋਵਾਲ, ਮੈਂ ਜਾਣਦਾ ਨਹੀਂ ਮੈਂ ਕੌਣ ਬੰਦਾ ਉਹ, ਹਾਂਜੀ ਕਿਸ ਹਿਸਾਬ ਨਾਲ ਮੇਰਾ ਉਹਦਾ, ਖਡੂਰ ਸਾਹਿਬ ਕਦੇ ਮੈਂ ਗਿਆ ਨਹੀਂ, ਉਸ ਪਿੰਡ ਨਹੀਂ ਮੈਂ ਕਦੇ ਗਿਆ, ਉਸ ਪਿੰਡ ਦੀ ਕੋਈ ਸੰਗਤ ਵੀ ਨਹੀਂ ਸਾਡੇ ਕੋਲ ਆਉਂਦੀ। ਮੈਨੂੰ ਨਹੀਂ ਸਮਝ ਆਈ ਕਿ ਕਿਉਂ ਇਲਜ਼ਾਮ ਇੰਨੀ ਦੂਰ ਤੋਂ ਬੰਦਾ ਕਾਹ 'ਤੇ ਲਾ ਰਿਹਾ, ਕਿਸ ਲਾਲਚ ਵਿੱਚ ਲਾ ਰਿਹਾ। ਇਸ ਚੀਜ਼ ਦੀ ਮੈਂ ਵੱਖਰੇ ਤੌਰ ਦੇ ਉੱਪਰ ਹੁਣ ਇਨਕੁਆਇਰੀ ਕਰਾਊਂਗਾ, ਆਪਣੀ ਪੱਖ ਰੱਖੂੰਗਾ ਸੰਗਤ ਵਿੱਚ, ਕਿਉਂਕਿ ਸਾਡਾ ਤਾਂ ਬੈਰੋਵਾਲ ਨਾਲ ਕੋਈ ਸੰਬੰਧ ਨਹੀਂ। ਔਰ ਉਸਨੇ ਇਲਜ਼ਾਮ ਲਾਏ ਸੀ, ਜੋ ਇਹਨਾਂ ਨੇ ਇਲਜ਼ਾਮ ਲਾਏ ਸੀ ਉਹ ਇਨਕੁਆਇਰੀ ਦੇ ਵਿੱਚ ਸਾਰੇ ਉਹ ਜਿਹੜੇ ਸੀ ਰੱਦ ਕੀਤੇ ਗਏ। ਮੈਨੂੰ 5 ਪਿਆਰਿਆਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅੰਮ੍ਰਿਤ ਸੰਚਾਰ ਵਾਲਿਆਂ ਨੇ ਇਹ ਗੱਲ ਕਹੀ ਕਿ ਤੁਹਾਨੂੰ ਇਹਨਾਂ ਦੋਸ਼ਾਂ ਤੋਂ ਦੋਸ਼ ਮੁਕਤ ਕੀਤਾ ਜਾਂਦਾ, ਪਰ ਮੈਂ ਆਪਣੀ ਸੁਧਾਈ ਵਾਸਤੇ, ਕਿਉਂਕਿ ਇੱਕ ਲਫ਼ਜ਼ ਇਹਨੂੰ ਸਜ਼ਾ ਨਹੀਂ ਸੁਧਾਈ ਹੁੰਦਾ ਕਿ ਬਿਮਾਰੀ ਦੀ ਹਾਲਤ ਵਿੱਚ ਜਾਣੇ ਜਾਣੇ ਸਾਡੇ ਕੋਲ ਕਈ ਵਾਰੀ ਕਰਹਿਤ ਮਰਿਆਦਾ ਕੋਈ ਹੋ ਜਾਂਦੀ ਹੈ, ਉਹ ਮੈਂ ਆਪ ਬੇਨਤੀ ਕੀਤੀ ਕਿ ਇਹ ਕਰਹਿਤ ਹੋ ਚੁੱਕੀ ਮੇਰੇ ਤੋਂ। ਉਹਦੇ ਵਾਸਤੇ ਜੋ ਨਹੀਂ ਮੈਨੂੰ ਸੇਵਾ ਲਾਈ ਉਹ ਮੈਂ ਪ੍ਰਵਾਨ ਕੀਤੀ। ਸੇਵਾ ਪ੍ਰਵਾਨ ਕਰਨ ਤੋਂ ਬਾਅਦ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੁਬਾਰਾ ਗਿਆ, ਉਹਨਾਂ ਸਿੱਖਿਆ ਹੋ ਗਈ
और श्री अकाल तख्त साहब तो मैं उस सेवा मेरी की अरदास करने तो बाद मैं श्री अकाल तख्त साहब वालों स्पष्ट जो सी वास्ते देता गया कि तुम बरी हो और ये उपर एक गल लिखी गई बकायदा कि गुरु दसम पातशाह का पातशाह जी का सपुत्र सपुत्री समझ के कोई शंका ना किया जाए। इस श्री अकाल सेवा केस हो चुका ये उपर एफ आई आर दर्ज हुई 153 नंबर एफ आई आर 153 का केस पर दर्ज होया। उत्थे भी इन्हें अजिहां गल्लां कीतियां क्योंकि इल्जाम लाने जाण दा इहनूं लगता कि जो मैं रिकॉर्ड कर लिया वो सारे प्रूफ है ही आ, पर कई बार घर विच बैठे सी कई गल्लां करदे आ आपस विच बैठ के, वो कोई गलत नहीं हुंदी। आपस रिश्तेदारी विच बैठ के जां अपने घर दे विच बैठ के आपस विच गल कर लगे, मैं अपने पुत्त भतीजे भरावां ते शक करिए कि साडी रिकॉर्डिंग करनगे, फिर तो मेरे हिसाब नाल रिश्तियां नूं कलंक करन वाली गल वा, गहरी साजिश चाल वा, सानूं बदनाम करन वास्ते, डेरे नूं बदनाम करन वास्ते, सिख पंथ विच दफेड़ पाउण वास्ते भी हो सकदी गल, क्योंकि आम तौर पर इल्जाम ला दें असं साबित किए बिना इल्जाम लाई जाने भड़काने की कोशिश कर रहे वास्ते। खुद नौजवान मुंडिया ने ये मैसेज पढ़ पढ़ के कई जगह स्टेटस पाए कई जगह सिंह ने कि बंदा सिर्फ कौम को भड़का रहा गुरु ग्रंथ साहब की बेअदबी के नाते, जबकि खुद गुरु ग्रंथ साहब जे गुरु ग्रंथ साहब का इन्ना फिक्र करता अमृतधारी होकर जटाजूट होकर बाणी बाणे ना जुड़े, जिसनों गुरु ग्रंथ साहब ने इन्ना फिक्र हुआ तो गुरु ग्रंथ साहब की मर्यादा मने ना वो शामिल हो, सिख पंथ की मुखधारा में शामिल हो, सिर्फ अपने निजी हित वास्ते बदनाम करने वास्ते बरत रहा। फिलहाल हुण इह तां सारा मामला जांच पड़ताल दा विशा है, जांच पड़ताल तो बाद ही सामने आवेगा कि आखिरकार सच की है। होशियारपुर तो गुरदीप सिंह दी रिपोर्ट दे नाल द टीवी एनआरआई।